जकर हाय हाय, सुनील जकर हाय हाय। एक छोड़े जे लिखे थे जो साडा इत्थे असी भेजिया सीगा सुनेहा, इत्थे पहुंचे आ। मैं अपनी सरकार बचाओ देश बचाओ जी कमेटी साडी बनी हुई आ, उन्हां वल्लों इत्थे पहुंचण दे आप सब दा पहला तां बहुत बहुत धन्नवाद करदा हां कि तुहाडे एक छोटे जे संदेश छोटे जे जो साडा जिहड़ा मैसेज सीगा ते बुलावे ते तुसीं आए हो। इत्थे इक गल खुशी वाली होर है, इत्थे साडे एससी भाईचारे तों अलावा होर भी बंदे अलग अलग जिहड़ी कैटेगरी जनरल कैटेगरी ते मुस्लिम भाईचारे तों भी बंदे मैं देखे आए हैं, जो कि साडे समाज वास्ते बहुत माण वाली गल आ। पर एक जरूर है कि जदों संविधान जिहड़ा साडा भीमराव अंबेडकर जी ने लिखिया उस संविधान के मुताबिक सब नूं बराबर का हक आ। कोई सानू ये नहीं कह सकता कि यह पैर की जुत्ती है, पैर से रहनी चाहिए आ। इस गल नूं असीं प्रशासन तों मंग करदे आ पूरे हो गए कि यह अगे हो गए जिहड़ा जिहड़ा इहदे खिलाफ सख्त तों सख्त एक्शन लिया जाए ते इहनां दे खिलाफ बनदी कानूनी कार्रवाई करन दे विच फेरी जिते भी साडी संस्था नूं लोड़ पई अगे हो के करांगे जी। ਪ੍ਰਧਾਨ ਜੀ, ਅੱਜ ਜਿਹੜਾ ਇੱਥੇ ਅਰਥੀ ਫੂਕੀ ਗਈ ਹੈ, ਕਿਸ ਬਾਬਤ ਫੂਕੀ ਗਈ ਤੇ ਕਿਹਦੀ ਫੂਕੀ ਹੈ? ਮੇਰੇ ਸਤਿਕਾਰਯੋਗ ਮੀਡੀਆ ਦੇ ਸਾਥੀ ਵੀਰੋ, ਸੁਨੀਲ ਜਾਖੜ ਜਿਹੜੇ ਕਿ ਪੰਜਾਬ ਕਾਂਗਰਸ ਦੇ ਸਾਹਮਣੇ ਚਰ ਸਿੰਘ ਚੰਨੀ ਦੇ ਖਿਲਾਫ ਬੜੀ ਮੰਦੀ ਭਾਸ਼ਾ ਅਪਸ਼ਬਦ ਬਹੁਤ ਵਰਤੇ ਆ, ਜਿਹੜੇ ਕਿ ਸਿੱਧੇ ਦਲਿਤ ਸਮਾਜ ਦੇ ਉੱਤੇ ਅਟੈਕ ਕਰਦੇ ਆ। ਜਿੱਥੇ ਉਹਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮੰਦੀ ਭਾਸ਼ਾ ਵਰਤੀ ਆ, ਉੱਥੇ ਦਲਿਤ ਸਮਾਜ ਦੇ ਖਿਲਾਫ ਵੀ ਵਰਤੇ ਆ। ਦਲਿਤ ਸਮਾਜ ਨੂੰ ਪੈਰ ਦੀ ਜੁੱਤੀ ਆਖਿਆ, ਵੀ ਇਹ ਪੈਰ ਦੀ ਜੁੱਤੀ ਜਿਹੜੀ ਜੁੱਤੀ ਉਹ ਪੈਰਾਂ 'ਚ ਪੈਂਦੀ ਆ, ਚਾਹੇ ਜਿੰਨੀ ਮਰਜ਼ੀ ਮਹਿੰਗੀ ਹੋਵੇ, ਇਹਨੂੰ ਸਿਰ 'ਤੇ ਨਹੀਂ ਬਿਠਾਇਆ ਜਾ ਸਕਦਾ। ਸੋ ਸੰਵਿਧਾਨ ਵਿੱਚ ਉਹ ਸਰਚ ਕਮੇਟੀ ਵੱਲੋਂ ਅੱਜ ਰੋਸ ਵਜੋਂ ਇੱਥੇ ਵੱਡਾ ਇਕੱਠ ਕੀਤਾ ਗਿਆ ਅਤੇ ਸਮੂਹ ਬੁਲਾਰਿਆਂ ਨੇ, ਜਿਹਦੇ ਵਿੱਚ ਵੱਖ ਵੱਖ ਪਿੰਡਾਂ ਦੇ 500 ਸਰਪੰਚ ਸਾਹਿਬਾਨ, ਪਾਰਟੀ ਦੇ ਸੀਨੀਅਰ ਆਗੂ ਸਾਹਿਬਾਨ, ਵੱਖ ਵੱਖ ਪਾਰਟੀ ਦੇ ਸੀਨੀਅਰ ਆਗੂ ਸਾਹਿਬਾਨ, ਪੰਚ ਸਰਪੰਚ, ਨਗਰ ਕੌਂਸਲ ਦੇ ਮੈਂਬਰ ਸਾਹਿਬਾਨ, ਕਲੱਬਾਂ ਦੇ ਅਹੁਦੇਦਾਰ ਸਾਹਿਬਾਨ, ਵੱਖ ਵੱਖ ਦਲਿਤ ਜਥੇਬੰਦੀਆਂ ਦੇ ਆਗੂ ਸਾਹਿਬਾਨ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ। ਸਾਰਿਆਂ ਨੇ ਆਪਣੇ ਸਮੂਹ ਸੰਬੋਧਨ ਦੇ ਵਿੱਚ ਜਾਖੜ ਦੇ ਜਿਹੜੇ ਸ਼ਬਦਾਂ ਦੀ ਅਪਸ਼ਬਦ ਵਰਤੇ ਉਹਦੀ ਕਰੜੀ ਨਿੰਦਾ ਕੀਤੀ ਆ ਅਤੇ ਮੰਗ ਕੀਤੀ ਆ ਪੰਜਾਬ ਸਰਕਾਰ ਤੋਂ ਵੀ ਉਹਦੇ ਖਿਲਾਫ ਐਸੀ ਐਕਟ ਦੇ ਖਿਲਾਫ ਮਤਲਬ ਐਸੀ ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ, ਅਤੇ ਕਾਂਗਰਸ ਨੂੰ ਵੀ ਬੇਨਤੀ ਕੀਤੀ ਆ ਕਿ ਉਹ ਅਜਿਹੇ ਘਟੀਆ ਆਗੂ ਨੂੰ ਪਾਰਟੀ ਦੇ ਵਿੱਚੋਂ ਤੁਰੰਤ ਕੱਢੇ, ਨਹੀਂ ਤਾਂ ਫਿਰ ਕਾਂਗਰਸ ਪਾਰਟੀ ਨੂੰ ਵੀ ਅਗਲੇ ਇਲੈਕਸ਼ਨ 'ਚ ਵੱਡਾ ਖਿਮਾਜਾ ਭੁਗਤਣਾ ਪਊਗਾ ਜੇ ਇਹੋ ਜਿਹੇ ਲੋਕਾਂ ਨੂੰ ਉਹਨਾਂ ਦੇ ਵਿੱਚ ਰੱਖਿਆ। ਪ੍ਰਧਾਨ ਜੀ, ਅੱਜ ਜਿਹੜਾ ਇੱਥੇ ਪੁਤਲਾ ਫੂਕਿਆ ਗਿਆ ਸੁਨੀਲ ਜਾਖੜ ਜੀ ਦਾ, ਅਤੇ ਬੜਾ ਰੋਸ ਹੈ, ਕੀ ਕਹਿਣਾ ਚਾਹੁੰਦੇ ਜੀ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਜ਼ਾਦੀ ਨੂੰ ਤਕਰੀਬਨ 100 ਸਾਲ ਬੀਤ ਗਏ, ਪਰ ਇਹ ਲੋਕ ਜਿਹੜੇ ਜਾਖੜ ਵਰਗੇ ਗੰਦੇ ਰਾਜਨੀਤੀ ਘਟੀਆ ਲੋਕ ਹੈ, ਇਹਨਾਂ ਦੇ ਦਿਮਾਗ ਦੇ ਵਿੱਚ ਤਾਂ ਹਾਲੇ ਤੱਕ ਛੋਟੀਆਂ ਜਾਤਾਂ ਪ੍ਰਤੀ ਜਾਤ ਪਾਤ ਦਾ ਜਿਹੜਾ ਫਾਸਲਾ ਉਹ ਹਾਲੇ ਤੱਕ ਦੂਰ ਨਹੀਂ ਹੋਇਆ, ਅਤੇ ਜਾਤਾਂ ਪਾਤਾਂ ਨੂੰ ਲੈ ਕੇ ਅੱਜ ਵੀ ਘਟੀਆ ਰਾਜਨੀਤੀ 'ਤੇ ਉਤਰੇ ਹੋਏ ਆ। ਪਿਛਲੇ ਦਿਨ ਇਹਨਾਂ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਦੇ ਉੱਤੇ ਇੱਕ ਟਿੱਪਣੀ ਕੀਤੀ ਜਿਸ ਦੇ ਵਿੱਚ ਇਹਨਾਂ ਨੇ ਪੈਰ ਦੀ ਜੁੱਤੀ ਕਿਹਾ ਗਿਆ, ਔਰ ਇਹ ਵੀ ਕਿਹਾ ਗਿਆ ਵੀ ਇਹ ਜੁੱਤੀ ਸਿਰ 'ਤੇ ਨਹੀਂ ਰੱਖਣੀ ਚਾਹੀਦੀ ਸੀ, ਪੈਰ ਦੀ ਜੁੱਤੀ ਪੈਰ 'ਚ ਰਹਿਣੀ ਚਾਹੀਦੀ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਐਸੀ ਸਮਾਜ ਨੂੰ ਇਹ ਜਾਖੜ ਵਰਗੇ ਘਟੀਆ ਲੋਕ ਇੱਦਾਂ ਦੀ ਰਾਜਨੀਤੀ ਵਿੱਚ ਆ ਕੇ ਘਟੀਆ ਬੋਲੀ ਬੋਲਦੇ ਆ, ਉਹਦਾ ਸਬਕ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ। ਇਹ ਜਿਹੜੇ ਸਾਡੇ ਐਸ ਸੀ ਬੀ ਸੀ ਲੋਕ ਹੈ, ਦਲਿਤ ਪਰਿਵਾਰ ਹੈ,
इन्हां नूं दसणगे वी राजनीति क्या हुंदी है, क्योंकि इन्हां दी जिहड़ी सोच है बहुत घटिया है। ये वोटां लैण दे टाइम गरीबां नूं कहिंदे साडी रीढ़ दी हड्डी है, उस तों बाद इन्हां नूं जातां पातां दे विच वंडणा शुरू कर दिंदे आ। सो अज रोस वजों इत्थे असीं बहुत वड्डा इकट्ठ करके सुनील जाखड़ दा जिहड़ा पुतला साड़िया गया और प्रशासन तों मंग कीती जा रही है कि सुनील जाखड़ दे खिलाफ अनुसूचित जाति दे प्रति गलत शब्द बोलण दे परचा दर्ज करके कार्रवाई की जाए। कांग्रेस पार्टी तो मांग की जा रही है, इन्हों कांग्रेस पार्टी चो बाहर कढ़िया जाए। नहीं लगता नहीं कि इदां दे टिप्पणियां करनियां शब्द वरतने इहदे नाल पार्टी दफाड़ करन दी कोई साजिश? बिल्कुल जी, इहदे नाल जिहड़े गरीबां ते अमीरां दे विच फाड़ा है उहनूं वधाउण दी कोशिश कर रहे आ ये लोग चाहुंदे आ कि जिहड़ियां दलित कास्टां इक पासे होण, दूजियां कास्टां इक पासे हो जाण, पर साडे लोक साडा जिहड़ा पंजाब आ सर्व धर्म पार्टियां दा सर्व संबद्ध है, इहदे विच कोई इदां दी इहनां दी घटिया जिहड़ी साजिश है उह कामयाब नहीं होनी। साडे सारियां पार्टियां दे लोक इस पार्टी दे विच जुड़े होए आ, अज भी साडे धरने दे विच सारियां पार्टियां सारे धर्मां दे लोक पहुंचे होए सी। धरना लाए दे बारे कहना किस दे साफ लफ्ज़ां दे विच चैलेंज करदे आ ना लोकां नूं जिहड़े साडे समाज प्रति अजे लफ्ज़ वरतदे आ, उहनां ने जुत्ती दी भाषा वरती आ। असीं उहनां नूं दस देणा चाहुंदे आ कि जुत्ती पैर जोगी नहीं हुंदी, जुत्ती सिर 'ते वी फिरदी आ। इह जुत्ती असीं बणाउंदे वी आ, जुत्ती फेरदी वी फेरदे ज़्यादा वधिया तरीके नाल, बहुत वधिया तरीके नाल फेरदे आ। जिहड़ा भी कदे समाज प्रति अपशब्द वरतेगा, साडे समाज प्रति जो भी कोई टिप्पणी करेगा, असीं पहलां प्रशासन तों मंग करांगे कि आर्टिकल 15 दे तहत उहदे ते कार्रवाई की जाए। जिस पार्टी नाल संबंधित आ उस पार्टी नूं बेनती करांगे कि अजिहे शख्स नूं जिहड़ा पार्टी दा ग्राफ डाउन करदा इहनूं बाहर कढ़िया जाए। अगर फिर भी कुछ नहीं हुंदा तां उसी दी भाषा जुत्ती दे विच समझावांगे कि जुत्ती फिरदी किवें आ, जुत्ती बणदी किवें आ, जुत्ती पहनाउंदे किवें, जुत्ती छड्ड के भजाउंदे किवें आ, इह सारा कुछ कर दांगे। ਉਸ ਸੰਬੰਧੀ ਤੁਹਾਡੇ ਪ੍ਰਧਾਨ ਜੀ ਨੇ ਤੁਸੀਂ ਸਾਰਿਆਂ ਨੇ ਜੋ ਵੀ ਮੈਨੂੰ ਮੰਗ ਪੱਤਰ ਦਿੱਤਾ ਉਹ ਮੈਂ ਪੰਜਾਬ ਸਰਕਾਰ ਤੱਕ ਪਹੁੰਚਦਾ ਕਰ ਦਿੱਤਾ। ਥੈਂਕ ਯੂ, ਧੰਨਵਾਦ ਤੁਹਾਡਾ।